ਨਮਸਤੇ ਅਦਾਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ ਤੇ ਲੈ ਕੇ ਆਇਆ ਤੁਹਾਡਾ ਆਪਣਾ ਸ਼ੋਅ ਜਿਹਦਾ ਨਾਮ ਹੈ ਮਖੌਲ। ਠੀਕ ਹੈ, ਗੁੱਸਾ ਨਹੀਂ ਕਰੀਦਾ। ਵੈਸੇ ਗੁੱਸਾ ਕਰਨਾ ਵੀ ਕਿਉਂ? ਕਹਿੰਦੇ ਗੁੱਸਾ ਅਕਲ ਦਾ ਵੈਰੀ ਹੁੰਦਾ, ਕਰ ਜਾਂਦਾ ਜੇ ਨੁਕਸਾਨ। ਗੁੱਸਾ ਅਕਲ ਦਾ ਵੈਰੀ ਹੁੰਦਾ, ਕਰ ਜਾਂਦਾ ਨੁਕਸਾਨ। ਤੂੰ ਹੱਸ ਖੇਡ ਕੇ ਜ਼ਿੰਦਗੀ ਕੱਟ ਸੋਹਣਿਆ, ਇੱਥੇ ਸਾਰੇ 4 ਦਿਨਾਂ ਦੇ ਮਹਿਮਾਨ। ਖੁਸ਼ ਰਿਹਾ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਹੱਸਦੇ ਰਿਹਾ ਕਰੋ। ਆ ਵੇਖ, ਮੈਂ ਗੱਲ ਤਾਂ ਕੀਤੀ ਹੱਸਣ ਦੀ, ਤੁਹਾਨੂੰ ਕਿਹਾ ਵੀ ਹੱਸਦੇ ਰਿਹਾ ਕਰੋ, ਪਰ ਜਿਸ ਹਿਸਾਬ ਦੀ ਮਹਿੰਗਾਈ ਚੱਲਣ ਡੀ ਹੈ ਨਾ, ਬੰਦੇ ਦਾ ਹਾਸਾ ਵੈਸੇ ਨਿਕਲਦਾ ਕੱਚਾ ਕੱਚਾ ਹੀ। ਇੱਕ ਵਾਰੀ ਜੇ ਪਰਸ ਦੇ ਵਿੱਚੋਂ 2000 ਦਾ ਕਰਾਰਾ ਜਾਂ ਲਾਲ ਰੰਗ ਦਾ ਨੋਟ ਨਿਕਲ ਜਾਏ ਨਾ, ਤੇ ਉਹ ਮੁੜ ਕੇ ਬੰਦੇ ਦੇ ਪਰਸ ਦੇ ਵਿੱਚ ਜਾਂਦੇ ਰੁਪਈਏ 30-40 ਹੈ, ਬੰਦੇ ਨੂੰ ਸਮਝ ਕੁਛ ਨਹੀਂ ਲੱਗਦਾ ਵੀ ਚੀਜ਼ ਲਈ ਕਿਹੜੀ ਹੈ ਤੇ ਪੈਸਾ ਲੱਗਿਆ ਕਿੱਥੇ। ਲਓ ਜੀ, ਪਹਿਲਾਂ ਬੰਦਾ ਸੌਦਾ ਤੇਲ ਪਾਉਂਦਾ ਸੀ ਸਕੂਟਰ ਦੇ ਵਿੱਚ, ਤੇ ਬੰਦਾ ਨਾਨਕੇ ਵੀ ਜਾਂਦਾ ਸੀ, ਮਾਰਕੀਟ ਵੀ ਜਾਂਦਾ ਸੀ, ਘਰੇ ਵੀ ਆਉਂਦਾ ਸੀ। ਘਰੇ ਆ ਕੇ ਜਦੋਂ ਸਕੂਟਰ ਉਹਨੇ ਲਾਉਣਾ ਸਟੈਂਡ ਤੇ, ਸਕੂਟਰ ਛਣ ਛਣ ਕਰਦਾ ਹੁੰਦਾ ਸੀ ਤੇਲ। ਤੇ ਅੱਜ ਕੱਲ੍ਹ ਮਾਰੇ ਤੁਸੀਂ ਸੌਦਾ ਤੇਲ ਪਾਓ, ਮੋਟਰਸਾਈਕਲ 'ਚ ਐਂ ਲੱਗਦਾ ਜਿਵੇਂ ਪੋਲੀਓ ਦੀਆਂ ਬੂੰਦਾਂ ਦਿੱਤੀਆਂ ਹੋਣ, ਬੰਦਾ ਜਾਵੇ ਤੇ ਜਾਵੇ ਕਿੱਥੇ। ਲਓ ਵੇਖੋ, ਪਹਿਲਾਂ ਜਿਹੜੀ ਜਨਾਨੀ ਬਾਜ਼ਾਰ 'ਚ ਜਾ ਕੇ ਦੁਕਾਨਦਾਰ ਨੂੰ ਕਹਿੰਦੀ ਸੀ ਨਾ ਕਿ ਭਈਆ ਉਹ ਲਿਫਾਫਾ ਥੋੜ੍ਹਾ ਡਬਲ ਕਰ ਦਿਓ, ਹੁਣ ਉਹ ਜਨਾਨੀ ਨੂੰ ਪਤਾ ਵੀ ਲਿਫਾਫਾ ਤੇ ਹੋ ਗਿਆ 10 ਰੁਪਿਆਂ ਦਾ, ਉਹ ਅਗਲੀ ਘਰੋਂ ਹੀ ਝੋਲਾ ਲੈ ਕੇ ਜਾਂਦੀ ਹੈ। ਹੋਰ ਤੇ ਹੋਰ ਜਿਹੜਾ ਰੱਖੜੀ ਦਾ ਤਿਉਹਾਰ ਹੈ, ਭੈਣ ਭਰਾਵਾਂ ਦਾ ਬੜਾ ਪਿਆਰਾ ਜਿਹਾ ਤਿਉਹਾਰ ਹੈ, ਪਿਆਰਾ ਜਿਹਾ ਰਿਸ਼ਤਾ ਹੈ, ਇਸ ਦੇ ਉੱਤੇ ਵੀ ਮਹਾਰਾਜ ਮਹਿੰਗਾਈ ਨੇ ਪੂਰਾ ਆਪਣਾ ਜ਼ੋਰ ਦਿਖਾਇਆ। ਪਹਿਲਾਂ ਭੈਣ ਜਾਂਦੀ ਸੀ ਨਾ ਰੱਖੜੀ ਬੰਨਣ ਵੀਰੇ ਦੇ ਕੋਲ, ਤੇ ਵੀਰਾ 100 ਰੁਪਈਆ 200 ਦੇਂਦਾ ਹੁੰਦਾ ਸੀ, ਤੇ ਭੈਣ ਨੇ ਬਹੁਤ ਖੁਸ਼ ਹੋਣਾ ਵੀ ਥੈਂਕ ਯੂ ਵੀਰਾ, ਮੇਰਾ ਪਿਆਰਾ ਵੀਰਾ, ਜਿਉਂਦਾ ਰਹੇ ਵੀਰਾ, ਵੀਰਾ ਤੇਰੇ ਵਰਗਾ ਵੀ ਵੀਰਾ ਹੀ ਕੋਈ ਨਹੀਂ। ਤੇ ਅੱਜ ਦੇ ਸਮੇਂ 'ਚ ਜੇ ਵੀਰ 1000 ਦਾ ਨੋਟ ਵੀ ਕੱਢ ਕੇ ਦੇ ਦੇਣਾ, ਤੇ ਭੈਣ ਅੱਗੋਂ ਕਹਿੰਦੀ ਹੈ ਵੀ ਵੀਰਿਆ ਉਹ 2000 ਵਾਲਾ ਨੋਟ ਕੱਢ, 1500 ਦੀ ਤੇ ਕਾਜੂ ਕਤਲੀ ਲੈ ਆਈ ਹਾਂ ਮੈਂ। ਉਹ ਠੀਕ ਹੈ, ਮਹਿੰਗਾਈ ਦਾ ਦੌਰ ਆ, ਫਿਰ ਕਿੱਡੀ ਗੱਲ ਹੈ, ਪਰ ਆਪਾਂ ਜ਼ਿੰਦਗੀ ਖੁੱਲ੍ਹ ਕੇ ਜੀਣੀ ਹੈ, ਜ਼ਿੰਦਗੀ 'ਚ ਪੋਜ਼ਿਟਿਵ ਰਹਿਣਾ। ਅੱਜ ਬਹੁਤ ਕਮਾਲ ਦਾ ਆਰਟਿਸਟ, ਬਹੁਤ ਕਮਾਲ ਦਾ ਗੈਸਟ, ਉਹ ਫਨਕਾਰ ਸਾਡੇ ਸ਼ੋਅ ਦੇ ਵਿੱਚ ਐਜ਼ ਏ ਗੈਸਟ ਆਊਗਾ, ਜਿਹਦੇ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਔਰ ਮਤਲਬ ਤੈਨੂੰ ਸੌਰਥ ਦਾ ਨੀ ਪਤਾ, ਐਡੀ ਪਾਗਲ ਜਨਾਨੀ ਹੈ ਉਸਤਾਦ, ਐਡੀ ਪਾਗਲ ਜਨਾਨੀ, ਇੱਕ ਨੰਬਰ ਦੀ ਪਾਗਲ ਔਰਤ ਹੈ ਹੈਗੀ ਉਹ, ਮੈਂ ਪਾਗਲ ਜਿਹੜੀ ਤੇਰੇ ਜੇ ਨਾ ਵਿਆਹੀ ਗਈ ਹੈ। ਕੀ ਹੈ ਐਡਾ ਪੈੜਾ ਹੈ ਨਾ, ਵਿਆਹ ਤੋਂ ਪਹਿਲਾਂ ਕਹਿੰਦਾ ਸੀ ਕਿ ਅਖੇ ਰਾਣੀ ਬਣਾ ਕੇ ਰੱਖੂਗਾ, ਰਾਣੀ ਬਣਾਇਆ ਇਹਨੇ, ਪਰ ਅੱਗੇ ਨੌਕ ਲੱਗਦਾ ਹੈ, ਨੌਕ ਰਾਣੀ। ਯਾਰ ਉਸਤਾਦ, ਐਵੇਂ ਰੱਬ ਨੂੰ ਜਾਣ ਨਹੀਂ, ਝੂਠ ਨਹੀਂ ਬੋਲਣਾ, ਆਪਣੇ ਦਿਲ ਤੇ ਹੱਥ ਰੱਖ ਤੇ ਇਹਦੇ ਮੂੰਹ ਵਾਲੇ ਦੇਖ, ਜਨਾਨੀ ਨੂੰ ਭਾਵੇਂ ਕੁਛ ਆਉਂਦਾ ਹੋਵੇ ਚਾਹੇ ਨਾ ਆਉਂਦਾ ਹੋਵੇ, ਰਾਰਾ ਦੀਦੀ ਰਾਰਾ ਜ਼ਰੂਰ ਆਉਣਾ ਚਾਹੀਦਾ। ਸਾਡੇ ਮਾਂ ਪਿਓ ਨੇ ਵੀ ਕੀਤਾ ਰਾਰਾ ਜੀ ਰਾਰਾ, ਤੈਨੂੰ ਆਏ ਦੁਨੀਆ ਤੇ, ਆਪ ਨੂੰ ਕਿਉਂਕਿ ਜੇ ਮੈਂ ਇੱਕ ਵਾਰੀ ਗੰਦੀ ਚੀਜ਼ ਵੱਲ ਵੇਖ ਲੈਂਦਾ ਫਿਰ ਮੈਂ ਅੰਨਾ ਹੋ ਜਾਂਦਾ, ਫਿਰ ਮੈਂ ਅੰਨੇ ਵਾਹ ਪੀਨਾ,
ਫਿਰ ਲੋਕ ਕਹਿੰਦੇ ਵਾਹ ਅੰਨੇ ਨੇ ਕਿਆ ਪੀਤੀ ਹੈ, ਲੋਕੀ ਵੀ ਕਹਿੰਦੇ ਆ ਵਾਹਿਆਤ ਬੰਦਾ ਹੈ। ਤੇ ਵਾਹਿਆਤ ਬੰਦਾ ਬਣਨ ਲਈ ਵੀ ਕੋਈ ਉਹ ਚਾਹੀਦੀ ਹੁੰਦੀ ਹੈ, ਇਹਨੂੰ ਛੱਡ ਤੇ ਪੀਣੀ ਤਾਂ ਹੀ ਕਲੇਸ਼ ਹੁੰਦੇ ਆ, ਇਹ ਕਲੇਸ਼ ਹੀ ਹੈ ਹੁਣ, ਨਾ ਪੀਆ ਕਰ ਮੇਰਾ ਭਰਾ, ਤੈਨੂੰ ਬੜੀ ਵਾਰ ਸਮਝਾਇਆ ਪਰ ਤੂੰ ਮੰਨਣਾ ਹੀ ਨਹੀਂ। ਮੇਰੇ ਦੋਸਤ, ਮੇਰੇ ਹਮਦਮ, ਮੇਰੇ ਸਾਥੀ, ਮੇਰੇ ਹਾਥੀ, ਨਹੀਂ ਮੇਰੇ ਦੋਸਤ, ਤੈਨੂੰ ਕੀ ਲੱਗਦਾ? ਓ ਯਾਰ ਮੈਂ ਕੋਈ ਸ਼ੌਂਕ ਨੂੰ ਪੀਣਾ, ਫਿਰ ਸਵਾਦ ਲਈ ਪੀਣਾ, ਟੇਸਟੀ ਬੜੀ ਹੁੰਦੀ ਹੈ, ਇੱਕ ਨੰਬਰ ਦਾ, ਇੱਕ ਨੰਬਰ ਮਤਲਬ ਮਜ਼ੇ ਆ ਜਾਂਦੇ ਆ। ਓ ਯਾਰ ਨਾਲੇ ਲੜੇ ਤਾਂ ਮੇਰੇ ਨਾਲ ਤਾਣ, ਜੇ ਮੈਂ ਆਪਣੇ ਪੈਸੇ ਦੀ ਪੀਣਾ, ਮੈਂ ਤਾਂ ਮੰਗ ਕੇ ਪੀਣਾ ਨਾ, ਭਲਾ ਭਲਾ ਰੇ ਭਲਾ। ਇਹੀ ਤਾਂ ਧੋਖਾ, ਇਹੀ ਤਾਂ ਧੋਖਾ, ਜੇ ਕਿਤੇ ਮੈਂ ਕੋਈ ਚੀਜ਼ ਕਹਿ ਦਾ, ਆ ਦੇਖੋ ਹੁਣ ਪਰਸੋਂ ਮੈਂ ਇਹਨੂੰ ਕਿਹਾ ਕਿ ਉਹ ਗੋਭੀ ਲਿਆ ਦੀ, ਇਹ ਉਹ ਬੋਰੋ ਪੋਲੀ ਲੈ ਆਇਆ, ਬੋਰੋ ਪੋਲੀ। ਓਏ ਬੋਰੋ ਪੋਲੀ ਪੋਲੀ ਬੋਰੋ ਕੀ ਨਾ ਕਰਾ, ਉਹ ਖੰਭ ਮੋਈਏ ਬੋਰੋ ਪੋਲੀ ਨਹੀਂ ਹੁੰਦੀ, ਉਹ ਹੁੰਦੀ ਹੈ ਬੋਰੋਕੋਲੀ, ਬੋਲੋ ਬਰੋਕਲੀ, ਬਰੋਕਲੀ ਇਹੀ ਹੁੰਦੀ ਹੈ, ਹਰੀ ਗੋਭੀ ਉਹ ਬੋਂਗੀ ਹੈ, ਮਹਿੰਗੀ ਹੁੰਦੀ ਹੈ, ਮੈਂ ਤੁਹਾਨੂੰ ਕੀ ਪਤਾ, ਉਹ ਨਾਲੇ ਯਾਰ ਮੈਂ ਕਿਹੜੀ ਖਰੀਦ ਕੇ ਲਿਆਇਆ ਸੀ ਉਹ ਮੰਗ ਕੇ ਲੈ। ਡੋਂਟ ਟੇਕ ਮੀ ਰੋਂਗ ਬ੍ਰਦਰ, ਹਰ ਵਾਰੀ ਸੇਮ ਪੈਟਰਨ ਨਹੀਂ ਰੱਖਦਾ ਮੈਂ, ਹੁਣ ਇਸ ਵਾਰੀ ਮੈਂ ਚੱਕ ਕੇ ਲਿਆਇਆ ਸੀ, ਕਿਉਂਕਿ ਚੱਕ ਕੇ ਤੇਰੇ ਭਰਾ ਇੰਨੀ ਤੇਜ਼ ਦੌੜਦਾ ਨਾ, ਕਿਹਦੇ ਹੱਥ ਨਹੀਂ ਆ ਸਕਦੇ ਤੈਨੂੰ ਮੈਂ ਦੱਸਾਂ। ਔਰ ਇਹ ਕੰਮ ਇੱਕ ਸਿਰਫ ਸਾਡੇ ਵਰਗਾ ਸ਼ਰਾਬੀ ਬੰਦਾ ਕਰਦਾ, ਕਿਉਂਕਿ ਜਿਹੜੇ ਪੀਂਦੇ ਨੇ ਸ਼ਰਾਬਾਂ ਉਹੀ ਪਾਉਂਦੇ ਨੇ ਜਰਾਬਾਂ। ਜਰਾਬਾਂ ਤੋਂ ਮੈਨੂੰ ਯਾਦ ਆਇਆ, 17 ਸਾਲ ਤੋਂ ਇਹਨੇ ਜਰਾਬਾਂ ਪਾ ਕੇ ਰੱਖੀਆਂ, 18ਵੇਂ ਸਾਲ ਪਾਉਣ ਲੱਗਾ, ਜਰਾਬ ਆਪ ਅੱਗੋਂ ਭੁਰ ਗਈ, ਪਿੱਛੋਂ ਪਾ ਕੇ ਕਹਿੰਦਾ ਮੈਂ ਐਂਕਲ ਸਾਕਸ ਲੈ ਕੇ ਆਇਆ। ਯਾਰ ਹੁਣ ਨਹੀਂ, ਐਂਕਲ ਸਾਕਸ ਐਂਕਲ ਕੋਲੋਂ ਲੈ ਲਓ, ਜੇ ਐਂਕਲ ਸਾਕਸ ਕਦੀ ਕਦੀ ਸਮ ਟਾਈਮ ਹੋ ਜਾਂਦਾ। ਹਾਏ ਇਹਨੇ ਕਮਰੇ 'ਚ ਜਰਾਬਾਂ ਖੋਲਤੀਆਂ, ਮੈਂ 6 ਦਿਨ ਬੇਹੋਸ਼ ਰਹੀ, 6 ਦਿਨ। ਮੈਨੂੰ ਕਹਿੰਦੀ ਮੈਡੀਟੇਸ਼ਨ ਕਰਨੀ ਹੈ, ਮੈਂ ਧਿਆਨ 'ਚ ਜਾਣਾ, ਉਹ ਮੈਂ ਆਪਣੀ ਗੰਦੀ ਜਰਾਬ ਸੰਘਾਈ, 5 ਦਿਨ ਧਿਆਨ 'ਚ ਹੀ ਰਹੀ, ਆਈ ਨਹੀਂ ਵਾਪਸ। ਉਹੀ ਗੰਦੀ ਜਰਾਬ ਨੂੰ ਬਾਅਦ 'ਚ ਜਦੋਂ ਮੈਂ ਐਂ ਕਰਕੇ ਰਗੜਿਆ, ਵਿੱਚੋਂ ਚੰਗਿਆੜੇ ਨਿਕਲੇ ਅੱਗ ਦੇ, ਪਈ ਪਈ ਨੂੰ ਅੱਗ ਲੱਗ ਜਾਂਦੀ। ਯਾਰ ਆਈ ਲਵ ਗੰਦੀਆਂ ਜਰਾਬਾਂ, ਹਾਏ ਹਾਏ ਹਾਏ, ਮਜ਼ਾ ਆ ਜਾਂਦਾ। ਤੇਰੇ ਕੋਲ ਆ ਰਹੇ ਗੈਸਟ ਆ ਜਾ ਰਹੇ, ਗੰਦੀਆਂ ਜਰਾਬਾਂ ਪਾ ਕੇ, ਨਹੀਂ ਨਹੀਂ ਨਹੀਂ, ਗੰਦੀਆਂ ਜਰਾਬਾਂ ਮੂੰਹ ਨਾਲ ਕਰਦਾ ਹੋਵੇ, ਜਰਾਬ ਗੰਦੀ ਪਾ ਲੈ, ਇੱਥੇ ਆਰਟਿਸਟ ਆਣ ਨੂੰ ਉਹਨਾਂ ਸਾਹਮਣੇ ਯਾਰ ਆਏਗਾ, ਬੇਇੱਜ਼ਤੀ ਹੋ ਗਈ ਮੇਰੀ ਤੁਹਾਨੂੰ, ਜਾ ਭਰਾਵਾ, ਯਾਰ ਯਾਰ ਆਏਗਾ, ਯਾਰ ਮੇਰਾ ਭੁੰਡਾ ਵਰਗਾ ਹੈਗਾ, ਕਿਰਾਇਆ ਦੇਣੀ ਕਿਰਾਇਆ ਨੀ ਜਾਣਦੇ, ਮਾਫੀ ਮੰਗਦਾ ਤੁਹਾਡੇ ਤੋਂ, ਮੈਨੂੰ ਵੀ ਨਹੀਂ ਪਤਾ ਲੱਗਿਆ, ਮੈਂ ਤੇ ਆਪਣੇ ਗੈਸਟ ਨੂੰ ਬੁਲਾਉਣਾ ਸੀਗਾ, ਤੇ ਇਹ ਪਤਾ ਨੀ ਗੁਆਂਢੀ ਨੇ ਕੀ ਕਰੀ, ਮਤਲਬ ਸਿੱਧੇ ਆ ਜਾਂਦੇ ਨੇ ਅੱਜ ਕੱਲ੍ਹ, ਬੈਲ ਬੋਲ ਵੀ ਨਹੀਂ ਮਾਰਦਾ ਕੋਈ। ਖੈਰ ਛੱਡੋ ਇਹਨਾਂ ਨੂੰ, ਆਪਾਂ ਸ਼ੋਅ ਨੂੰ ਅੱਗੇ ਤੋਰੀਏ, ਸੱਦਾ ਦਿੰਦੇ ਜੀ ਸਾਡੇ ਸ਼ੋਅ ਦੇ ਗੈਸਟ ਦਾ, ਬਹੁਤ ਪਿਆਰੇ ਇਨਸਾਨ ਜਿਨ੍ਹਾਂ ਦੇ ਗਾਣੇ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਦ ਵਨ ਐਂਡ ਓਨਲੀ ਦਿਲਪ੍ਰੀਤ ਢਿੱਲੋਂ, ਜ਼ੋਰਦਾਰ ਤਾੜੀਆਂ। ਕਿਵੇਂ ਚੱਲ ਰਹੀ ਹੈ ਦਿਲਪ੍ਰੀਤ ਬਾਈ ਜ਼ਿੰਦਗੀ ਜੀ? ਬਹੁਤ ਵਧੀਆ ਵੀਰੇ, ਬਹੁਤ ਜ਼ਿਆਦਾ ਠੀਕ ਠਾਕ, ਸਭ ਕੁਛ ਬਿਲਕੁਲ ਠੀਕ ਠਾਕ ਬਾਈ। ਜ਼ਿੰਦਗੀ ਦੀ ਸ਼ੁਰੂਆਤ ਆਪਣਾ ਥੋੜ੍ਹੀ, ਮਤਲਬ ਜਦੋਂ ਤੁਸੀਂ ਵੱਡੇ ਹੋ ਗਏ, ਮੈਚਿਓਰ ਹੋ ਗਏ, ਤਾਂ ਵੱਡੇ ਤਾਂ ਨਹੀਂ ਹੋਏ ਤੁਸੀਂ ਅਜੇ, ਹੈ ਤਾਂ ਤੁਸੀਂ ਮਤਲਬ ਹਜੇ ਉੱਦਾਂ ਹੀ ਹੋ, ਤੁਸੀਂ ਨਿਊਜ਼ੀਲੈਂਡ ਤੋਂ ਸ਼ੁਰੂਆਤ ਕੀਤੀ? ਹਾਂਜੀ ਵੀਰੇ। ਮਤਲਬ ਕੀ ਸੋਚ ਕੇ ਪਹਿਲਾਂ ਤੁਸੀਂ ਜਦੋਂ 12 ਕਰ ਲਈਆਂ, ਪਲੱਸ ਟੂ ਕਰਕੇ ਗਏ ਸੀ? ਪਲੱਸ ਟੂ ਕਰਕੇ ਗਏ, ਉਦੋਂ ਤੁਸੀਂ ਨਹੀਂ ਸੀ ਸੋਚਿਆ ਵੀ ਮੈਂ ਦਿਲਪ੍ਰੀਤ ਢਿੱਲੋਂ ਐਜ਼ ਅ ਸਿੰਗਰ
ਸੋਚਦਾ ਤਾਂ ਕੋਈ ਵੀ ਨਹੀਂ ਹੈਗਾ ਵੀਰੇ, ਤੁਹਾਨੂੰ ਪਤਾ ਹੀ ਆ। ਮਤਲਬ ਮੈਂ ਹਮੇਸ਼ਾ ਹੀ ਦੱਸਦਾ ਹੁੰਦਾ ਵੀ ਮੈਨੂੰ ਸ਼ੌਂਕ ਸੀਗਾ ਛੋਟੇ ਹੁੰਦੇ ਦਾ ਸ਼ੌਂਕ ਸੀ, ਐਂਡ ਮੈਂ ਕੁਲਵਿੰਦਰ ਢਿੱਲੋਂਸਾਰ ਦਾ ਬਹੁਤ ਵੱਡਾ ਫੈਨ ਸੀਗਾ ਬਈ। ਮੈਂ ਹਰੇਕ ਮਤਲਬ ਜੇ ਅੱਜ ਤੱਕ ਕੋਈ ਵੀ ਇੰਟਰਵਿਊ ਹੋਈ ਆ ਮੈਂ ਕਿਹਾ, ਮੈਂ ਕਿਹਾ ਬਈ ਮੈਂ ਇੰਨਾ ਸੋਚਿਆ ਹੋਇਆ ਸੀ ਵੀ ਜਿੱਦਣ ਮੈਂ ਗਾਣਾ ਗਾਇਆ ਮੈਂ ਗਾਣਿਆਂ 'ਚ ਢਿੱਲੋਂ ਢਿੱਲੋਂ ਗਿਆ ਹੈਗਾ, ਬਸ ਉਹਦੇ ਕਰਕੇ ਗਾਣਾ ਕਰ ਲਿਆ। ਇੱਕ ਉਹ ਕਿੱਸਾ ਦੱਸੋ ਜਿਹੜਾ ਤੁਸੀਂ ਮੈਨੂੰ ਵੀ ਦੱਸਿਆ ਸੀ ਇੱਕ ਵਾਰੀ ਵੀ ਕਲਾਸ ਦੇ ਵਿੱਚ, ਬਸ ਨਹੀਂ ਜਦੋਂ ਮੈਂ ਗਾਉਂਦਾ ਸੀ ਮਤਲਬ, ਫਿਰ ਵੀ ਕਈਆਂ ਨੂੰ ਐਂ ਲਾਦਾ ਹੁੰਦਾ ਨਾ ਵੀ ਇਹ ਨਹੀਂ ਬਣੂਗਾ ਸਿੰਗਰ, ਤੇ ਅੱਜ ਉਹਨਾਂ ਨੂੰ ਮਤਲਬ ਨੋ ਡਾਊਟ ਉਹ ਕਹਿੰਦੇ ਤਾਂ ਹੋਣਗੇ ਵੀ ਦਿਲਪ੍ਰੀਤ ਯਾਰ ਕਮਾਲ ਕਰਤੀ। ਐਂ ਤਾਂ ਹਾਲੇ ਵੀ ਕਈ ਲੋਕਾਂ ਨੂੰ ਲੱਗਦਾ ਹੀ ਆ ਵੀ ਚਲੋ ਮਤਲਬ ਜਿਹੋ ਜਿਹਾ ਗਾਉਣਾ ਆਉਂਦਾ ਮਤਲਬ ਗਾਈ ਜਾਂਦੇ ਹਾਂ ਹਨਾ, ਕਈ ਲੋਕਾਂ ਨੂੰ ਪਸੰਦ ਵੀ ਆ, ਕਈਆਂ ਨੂੰ ਅੱਜ ਵੀ ਮਾੜੇ ਹੀ ਲੱਗਦੇ ਆ। ਤੁਸੀਂ ਜਿਹੋ ਜਿਹਾ ਮਰਜ਼ੀ ਗਾਓ, ਗੱਲ ਇਹ ਹੈ ਕਿ ਤੁਹਾਡਾ ਫੈਨ ਬੇਸ ਤੇ ਹੈ ਨਾ, ਤੁਹਾਨੂੰ ਸੁਣਨ ਵਾਲੇ ਤਾਂ ਹੈ ਨਾ। ਬਿਲਕੁਲ ਜੇ ਤੁਹਾਨੂੰ ਸੁਣਦੇ ਨੇ ਤੁਹਾਨੂੰ ਪਿਆਰ ਕਰਦੇ ਨੇ ਤੇ ਤਾਂ ਹੀ ਤੁਹਾਨੂੰ ਬੁਲਾਉਂਦੇ ਨੇ ਤੇ ਤੁਸੀਂ ਪਰਫਾਰਮ ਕਰਕੇ ਆਉਨੇ ਉੱਥੇ। ਅਸਲ 'ਚ ਨਾ ਵੀਰੇ ਮਤਲਬ ਨੀਤਾਂ ਨੂੰ ਮੁਰਾਦਾਂ ਨੇ ਜੀ ਵੀਰੇ। ਹਾਂ ਸਭ ਤੋਂ ਮੇਨ ਗੱਲ ਆ ਆਪਣਾ ਰਵਨੀਤ ਵੀਰੇ ਜਿਹਦੀ ਨੀਤ ਸਾਫ਼ ਆ ਨਾ, ਮੈਂ ਕਹਿੰਦਾ ਸਭ ਕੁਛ ਓਕੇ ਆ ਬਸ। ਬਾਕੀ ਇਹ ਤੁਹਾਡਾ ਵੱਡਾਪਨ ਹੈ, ਮੈਨੂੰ ਇਹ ਲੱਗਦਾ ਹੁੰਦਾ ਕਿ ਦਿਲਪ੍ਰੀਤ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਕੌਨਫੀਡੈਂਸ ਲੈ ਕੇ ਚੱਲਦਾ, ਇਹ ਕੌਨਫੀਡੈਂਸ ਰੱਖਣਾ ਬਹੁਤ ਜ਼ਰੂਰੀ ਹੁੰਦਾ। ਬਿਲਕੁਲ ਜ਼ਰੂਰੀ ਹੁੰਦਾ ਵੀਰੇ, ਮੇਨ ਆ ਨਾ ਕੌਨਫੀਡੈਂਸ ਵੀ ਟਾਈਮ ਨਾਲੇ ਆਉਂਦਾ ਵੀ ਹੈ ਨਾ, ਅਤੇ ਜਦੋਂ ਪਹਿਲਾ ਗਾਣਾ ਆਇਆ ਸੀਗਾ ਉਦੋਂ ਬਿਲਕੁਲ ਵੀ ਨਹੀਂ ਸੀ ਆਉਂਦਾ, ਅਤੇ ਮਤਲਬ ਹੌਲੀ ਹੌਲੀ ਗਾਉਂਦੇ ਗਾਉਂਦੇ ਮਤਲਬ ਐਕਸਪੀਰੀਅੰਸ ਨਾਲੇ ਬਣਦਾ ਮੇਨ ਚੱਕਰ ਆ। ਹਜੇ ਵੀ ਕਹਿੰਦੇ ਨੇ ਬਈ ਯਾਰ ਸਿੱਖਿਆ ਕਰ, ਕੋਈ ਕਹਿੰਦਾ ਊਂ ਮਤਲਬ ਐਂ ਹੁੰਦਾ ਵੀ ਚੱਲਦਾ ਗਾਣਾ ਉਹਦਾ ਵੀ ਨਹੀਂ ਹੁੰਦਾ, ਜਾਂ ਉਹਨੂੰ ਐਂ ਹੁੰਦਾ ਵੀ ਮੇਰਾ ਕੰਮ ਤੁਰ ਨਹੀਂ ਰਿਹਾ, ਭਾਵੇਂ ਬੰਦਾ ਕੋਈ ਹੋਰ ਫੀਲਡ ਦਾ ਹੀ ਹੋਵੇ ਅਤੇ ਆ ਕੇ ਉਈ ਮਿਹਣਾ ਜਾਂ ਮਾਰਦੇ, ਭਾਵੇਂ ਰਿਸ਼ਤੇਦਾਰ 'ਚ ਵੀ ਮਾਰ ਜੇ, ਭਾਵੇਂ ਊਂ ਕਹਿ ਦੇ ਵੀ ਯਾਰ ਦਿਲਪ੍ਰੀਤ ਤੋਂ ਐਂ 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 ਤਾਂ ਮਤਲਬ ਕਾਫੀ ਲੋਕ ਕਹਿੰਦੇ ਹੀ ਹੋਣਗੇ ਹੈ ਨਾ, ਮਤਲਬ ਮੇਨ ਚੱਕਰ ਆ ਮੈਨੂੰ ਮੈਨੂੰ ਲੱਗਦਾ ਬਈ ਹਲੇ ਵੀ ਜ਼ਿਆਦਾਤਰ ਲੋਕ ਕਹਿੰਦੇ ਹੋਣਗੇ ਵੀ ਇਹਦਾ ਇਹਨਾਂ ਦੇ ਹਲੇ ਵੀ ਟੱਲੇ ਚੱਲੀ ਜਾਂਦੇ ਆ ਹੈ ਨਾ, ਵੀ ਟੱਲਾ ਇੱਕ ਵਾਰ ਚੱਲਦਾ ਦੋ ਵਾਰ ਚੱਲਦਾ, ਕਿਤੇ ਕਿਤੇ ਮਿਹਨਤ ਵੀ ਆ ਅਤੇ ਕਿਤੇ ਕਿਤੇ ਨੀਤ ਵੀ ਆ ਹੈ ਨਾ, ਸਭ ਕੁਛ ਮਤਲਬ ਉਹ ਸੱਚੇ ਪਾਤਸ਼ਾਹ ਦੀ ਸੱਚੇ ਪਾਤਸ਼ਾਹ ਦਾ ਹੱਥ ਆ ਮਤਲਬ ਸਿਰ 'ਤੇ ਹੈ ਨਾ, ਤੁੱਕਾ ਇੱਕ ਵਾਰ ਲੱਗਦਾ ਦੋ ਵਾਰ ਲੱਗਦਾ, 9 ਸਾਲ ਹੋ ਗਏ। ਨਹੀਂ ਬਹੁਤ ਵਧੀਆ, ਸੱਚੀ ਪਰਮਾਤਮਾ ਨੇ ਬਾਹ ਫੜ ਕੇ ਰੱਖੀ, ਸੱਚੀ ਮਤਲਬ ਉਹ ਪਰਮਾਤਮਾ ਦਾ ਜਿੰਨਾ ਸ਼ੁਕਰਾਨਾ ਕਰ ਸਕੀ ਬਾਈ ਉਹ ਨਾ ਕੱਟਾ। ਬਾਈ ਨਿਊਜ਼ੀਲੈਂਡ ਦੀ ਕੋਈ ਯਾਦ, ਉਦੋਂ ਮਤਲਬ ਕਿੱਦਾਂ ਦਾ ਮਾਹੌਲ ਸੀ, ਕੀ ਕਰਦੇ ਸੀ ਉੱਥੇ, ਕਿੰਨੇ ਸਾਲ ਰਹੇ ਤੁਸੀਂ ਉੱਥੇ? ਮੈਂ 8 ਸਾਲ ਰਿਹਾ ਵੀਰੇ ਨਿਊਜ਼ੀਲੈਂਡ। ਹਾਂਜੀ, ਉੱਥੇ ਸ਼ੁਰੂਆਤ ਪਹਿਲਾਂ ਪੀਜ਼ਾ ਡਿਲੀਵਰੀ ਤੋਂ ਹੋਈ ਸੀਗੀ, 3 ਕੁ ਮਹੀਨੇ ਕੀਤੀ ਆ ਉਹ ਜਦ ਸਟੂਡੈਂਟ ਵੀਜ਼ੇ ਤੇ ਸੀਗੇ। ਉਦੋਂ ਬਾਅਦ ਮਤਲਬ ਉਹ 20 ਘੰਟੇ ਕੰਮ ਕਰਨਾ ਮਿਲਦਾ ਸੀਗਾ ਹੈ ਨਾ, ਉਦੋਂ ਥੋੜ੍ਹਾ ਐਂ ਹੁੰਦਾ ਸੀਗਾ ਵੀ ਕੰਮ ਵੱਧ ਕਰ ਲਈਏ ਫਿਰ ਖੇਤਾਂ 'ਚ ਲੱਗ ਗਏ, ਫਿਰ ਮਤਲਬ ਕੀਵੀ ਤੋੜਨ ਲੱਗ ਗਏ, ਐਸਪੈਰਗਸ ਕੱਟਣ ਲੱਗ ਗਏ, ਫਿਰ ਖੇਤਾਂ ਵਾਲਾ ਜ਼ਿੰਦਗੀ ਜੀ ਵਧੀਆ ਲੱਗਣ ਲੱਗ ਗਈ, ਦਿਹਾੜੀਆਂ ਹੀ ਨੇ ਫਿਰ ਮੁੱਕਦੀ ਗੱਲ ਇਹ ਹੈ। ਕਈ ਲੋਕਾਂ ਨੂੰ ਐਂ ਲੱਗਦਾ ਹੁੰਦਾ ਨਾ ਜਿਹੜੇ ਵੀ ਕਹਿੰਦੇ ਨੇ ਤੁਹਾਨੂੰ ਵੀ ਠੱਲੂ ਲੋਟ ਆਏ ਨੇ ਜਾਂ ਟੁੱਲੂ ਐ ਸਿੱਧੇ ਹੋਏ ਨੇ, ਹਾਂ ਮੇਨ ਚੱਕਰ ਮਿਹਨਤ ਕਿਤੇ ਨਾ ਕਿਤੇ ਤਾਂ ਹੈ, ਹਾਂ ਲੋਕਾਂ ਨੇ ਉਹ ਤੁਹਾਡਾ ਟਾਈਮ ਨਹੀਂ ਦੇਖਿਆ ਹੁੰਦਾ, ਉਹ ਨਹੀਂ ਦੇਖਿਆ ਗਾ। ਸੱਚੀ ਗੱਲ ਆ ਮੈਂ ਤੁਹਾਨੂੰ ਦੱਸਦਾ ਵੀਰੇ, ਸਾਡੇ ਕੋਲ ਘਰ ਨਹੀਂ ਸੀ ਹੁੰਦਾ ਹੈ ਨਾ, ਇੱਕ ਗੱਡੀ ਲਿੱਤੀ ਹੋਈ ਸੀ ਅਸੀਂ 4 ਯਾਰਾਂ ਦੋਸਤਾਂ ਨੇ ਮਿਲ ਕੇ ਨਿਊਜ਼ੀਲੈਂਡ, ਹਾਂਜੀ ਖੇਤ 'ਚ ਰਹਿੰਦੇ ਸੀਗੇ, ਗੱਡੀ 'ਚ ਸੌਂਦੇ ਸੀ ਉੱਥੇ ਮਤਲਬ ਜਿੱਥੇ ਅਸੀਂ ਖੇਤਾਂ 'ਚ ਕੰਮ ਕਰਦੇ ਸੀਗੇ ਉੱਥੇ ਹੀ ਨਹਾਉਣ ਲਈਦਾ ਸੀਗਾ, ਉੱਥੇ ਹੀ ਰੋਟੀ ਪਾਣੀ ਆਲੇ ਦੁਆਲੇ ਖਾ ਕੇ ਮਤਲਬ ਵੀ ਉਹੋ ਜਿਹੇ ਟਾਈਮ ਵੀ ਕੱਢੇ ਹੋਇਆ, ਮਹੀਨਾ ਅਸੀਂ ਇੱਕ ਗੱਡੀ 'ਚ ਵੀ ਰਹੇ ਹੋਏ ਹਾਂ 4 ਜਣੇ, ਮਤਲਬ ਉੱਥੇ ਖੇਤਾਂ 'ਚ ਸੌਂ ਜਾਣਾ ਅਤੇ ਮਤਲਬ ਬਿਨਾਂ ਘਰ ਤੋਂ ਹੈ ਨਾ, ਉਹ ਮਿਹਨਤ ਹੀ ਨੇ ਵੀਰੇ ਯਾਰ, ਉਹ ਸਟਰਗਲ ਆ। ਮਤਲਬ ਅਸੀਂ ਹੋਰ ਫੀਲਡ 'ਚ ਕਰ ਲਿਆ, ਚਲੋ ਇੱਧਰ ਨਹੀਂ ਕੀਤਾ ਹੈਗਾ, ਸਟਰਗਲ ਤਾਂ ਸਟਰਗਲ ਆ ਕਿਸੇ ਨਾ ਕਿਸੇ ਪਾਸੇ। ਬਹੁਤ ਵਧੀਆ, ਜਿੰਨਾ ਵੀ ਚਲੋ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਤੁਸੀਂ ਉਹਦੇ ਸ਼ੁਕਰ ਗੁਜ਼ਾਰ ਹੋ। ਬਿਲਕੁਲ ਸ਼ੁਕਰ ਗੁਜ਼ਾਰ, ਮੈਂ ਮੋਰ ਦੈਨ ਸ਼ੁਕਰ ਗੁਜ਼ਾਰ ਹਾਂ, ਮੋਰ ਦੈਨ ਸੈਟੀਸਫਾਈਡ ਹਾਂ। ਲੰਮੇ ਪੈ ਜਾਂਦੇ ਸ਼ੁਕਰ ਗੁਜ਼ਾਰ ਦੇ, ਮੈਂ ਕਿਹਾ ਡੰਡੌਤ ਕਰੀ। ਘਰਦੇ ਕੀ ਕਹਿੰਦੇ ਨੇ ਵੀ, ਉਹਨਾਂ ਨੇ ਸੋਚਿਆ ਸੀ ਕਦੇ ਵੀ ਦਿਲਪ੍ਰੀਤ ਸਿੰਗਰ ਬਣੂਗਾ, ਇੰਨਾ ਨਾਮ ਖੱਟੂਗਾ? ਬਸ ਸ਼ੁਕਰ ਗੁਜ਼ਾਰੇ, ਉਹਨਾਂ ਨੂੰ ਵੀ ਪਤਾ ਨਹੀਂ ਸੀ। ਹਾਂ ਮਤਲਬ ਹਰੇਕ ਗੁੱਡ ਫੀਲ ਤਾਂ ਆਉਂਦਾ ਨਾ ਓਬਵੀਅਸਲੀ, ਹੁਣ ਵੀਰੇ ਮਤਲਬ ਤੁਸੀਂ ਹੋ ਹੈ ਨਾ, ਮਤਲਬ ਜਿੱਦਾਂ ਦੇ ਆਪਾਂ ਮਤਲਬ ਇਹ ਫੈਮਲੀਆਂ 'ਚੋਂ
ਜਿਵੇਂ ਕਹਿੰਦੇ ਆ ਵੀ ਪੜ੍ਹ ਲਿਖ ਪੜ੍ਹੋ ਹੈ ਨਾ, ਜੇ ਬਣੋ ਇੰਜੀਨੀਅਰ ਬਣ ਜਾਓ ਡਾਕਟਰ ਬਣ ਜਾਓ, ਅਤੇ ਕੋਈ ਇਹ ਨਹੀਂ ਚਾਹੁੰਦਾ ਹੈਗਾ ਵੀ ਕਲਾਕਾਰ ਬਣੇ ਹੈ ਨਾ, ਅਤੇ ਸਪੋਰਟ ਹੁੰਦੀ ਹੋ ਨਹੀਂ ਹੈਗੀ। ਅਤੇ ਜਦੋਂ ਬਾਹਰ ਪੱਕਾ ਹੋਇਆ ਮੈਂ ਨਿਊਜ਼ੀਲੈਂਡ, ਫਿਰ ਕੰਮ ਕੁੰਮ ਕਰਕੇ ਅਤੇ ਆਪ ਹੀ ਗਾਣਾ ਕੀਤਾ। ਜਦੋਂ ਚਾਰ ਛੇ ਲੜਾਉਣ ਲੱਗ ਗਏ ਘਰ, ਫਿਰ ਘਰਦੇ ਵੀ ਖੁਸ਼ ਨੇ। ਚਲੋ ਬਹੁਤ ਵਧੀਆ, ਮੇਨ ਚੱਕਰ ਆ ਸਾਰੇ ਬੰਦੇ ਕੰਮ ਇਹਦੇ ਲਈ ਕਰਦੇ ਨੇ। ਗੀਤ ਆਇਆ ਸੀ ਜਿੱਥੋਂ ਸ਼ੁਰੂਆਤ ਹੋਈ ਸੀ ਨਾ, ਹਾਂਜੀ, ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ, ਮੇਰੇ ਵਿੱਚ ਬੋਲੇ ਵੇਲੋ ਬੱਤੀ 32 ਬੋਲਦਾ। ਯੈਸ, ਉਹ ਗਾਣੇ ਤੋਂ ਮਤਲਬ ਕੀ ਸੋਚਿਆ ਸੀ ਤੁਸੀਂ ਉਸ ਗਾਣੇ ਨੂੰ, ਮਤਲਬ ਜਦੋਂ ਸ਼ੂਟ ਕਰਦੇ ਸੀ ਜਾਂ ਗਾਉਂਦੇ ਸੀ, ਐਂ ਸੋਚਿਆ ਸੀਗਾ ਵੀ ਇਸ ਲੈਵਲ ਦੇ ਉੱਤੇ ਗਾਣਾ ਜਾਊਗਾ, ਜਾਂ ਉਹ ਗਾਣਾ ਕਿਉਂ ਕੀਤਾ ਸੀ, ਸ਼ੌਂਕੀਆ ਕੀਤਾ ਸੀ? ਸ਼ੌਂਕੀਆ ਕੀਤਾ ਸੀਗਾ ਮੈਂ, ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਾ ਬਈ ਮੇਰਾ ਸ਼ੌਂਕ ਸੀਗਾ ਬਈ ਕੁਲਵਿੰਦਰ ਢਿੱਲੋਂ ਸਰ ਨੂੰ ਬਹੁਤ ਜ਼ਿਆਦਾ ਸੁਣਿਆ, ਮਤਲਬ ਜਿਹੋ ਜਿਹਾ ਜੈਸਾ ਤੈਸਾ ਗਾਉਣਾ ਆਉਂਦਾ ਸੀਗਾ, ਸ਼ੌਂਕ ਜ਼ਰੂਰ ਸੀਗਾ ਹੈ ਨਾ, ਹਰੇਕ ਬੰਦੇ ਦੇ ਅੰਦਰ ਕੀੜਾ ਤਾਂ ਹੁੰਦਾ, ਬਿਲਕੁਲ, ਉਹਨੂੰ ਕਿਤੇ ਨਾ ਕਿਤੇ ਤਾਂ ਸ਼ਾਂਤ ਕਰਨਾ ਪੈਂਦਾ, ਅਤੇ ਬਸ ਉਹੀ ਸ਼ਾਂਤ ਕਰਨ ਆਇਆ ਸੀਗਾ। ਅਤੇ ਮੈਂ ਗਾਣਾ ਕੀਤਾ ਅਤੇ ਮੈਂ ਜਸ਼ਨ ਵੀਰੇ ਨੂੰ ਮਿਲਿਆ, ਕੀੜਾ ਸ਼ਾਂਤ ਕਰਦੇ ਕਰਦੇ ਦਫਤਰੀ ਸ਼ਾਂਤ ਹੋ ਗਈ ਸੀ, ਉਹ ਤਾਂ ਗਾਣਾ ਬਹੁਤ ਜ਼ਿਆਦਾ ਚੱਲ ਗਿਆ ਸੀ। ਵੈਸੇ ਟਰਾਈ ਕੀਤਾ ਕਦੇ ਕਿ ਮੈਂ ਲਿਖਿਆ ਕਰਾਂ? ਕਦੇ ਕਦੇ ਮਾੜਾ ਮੋਟਾ, ਮਤਲਬ ਇੱਦਾਂ ਜਿਵੇਂ ਕੋਈ 3 ਲਾਈਨਾਂ ਬੋਲਦੇ ਤਾਂ 1 ਲਾਈਨ ਜੋੜ ਦਿੰਦੀ। ਹਾਂ, ਜਿਵੇਂ ਹੁਣ ਇਹਦੇ ਸੀਗਾ ਸ਼ਾਈਨਿੰਗ ਕੋਕਾ, ਡੱਬ ਵਿੱਚ, ਡੱਬ ਵਿੱਚ ਕੀ ਸੋਹਣੇ ਆ ਹੈ ਨਾ, ਉਹ 'ਚ ਜਿਹੜਾ ਨੱਕ ਵਿੱਚ ਮੇਰੇ ਕੋਕਾ ਵੇ ਕੋਕੇ ਵਿੱਚ ਧੋਖਾ, ਉਹ ਮੇਰਾ ਹੀ ਲਿਖਿਆ ਹੋਇਆ। ਹਾਂ, ਮੈਂ ਵਿੱਚ ਵਿੱਚ ਲਿਖ ਲੈਂਦੇ, ਐਡ ਆਨ ਕਰ ਦਿੰਦੇ, ਮਤਲਬ ਮਾੜਾ ਮੋਟਾ ਐਡ ਆਨ ਕਰ ਲਈਦਾ। ਜੇ ਗਾਣਾ ਮੈਂ ਇੱਕ ਸੁਣਨਾ ਹੋਵੇ, ਕਿਹੜਾ ਗਾਣਾ ਸੁਣਾਉਂਗੇ? ਕੋਈ ਵੀ ਆਪਣਾ ਹੋਵੇ, ਪਰ ਜਿਹੜਾ ਮਤਲਬ ਦਿਲ ਦੇ ਬਹੁਤ ਨੇੜੇ ਤੁਹਾਡੇ, ਤੁਹਾਡਾ ਸਾਰੇ ਗਾਣੇ ਤੁਹਾਨੂੰ ਆਪਣੇ ਪਿਆਰੇ ਵਧੀਆ ਲੱਗਦੇ ਹੋਣਗੇ? ਸਾਰੇ ਵਧੀਆ ਲੱਗਦੇ ਆ ਓਬਵੀਅਸਲੀ, ਮਤਲਬ ਦੇਖੋ 32 ਬੋਰ ਜਿੱਥੋਂ ਮੈਂ ਸ਼ੁਰੂਆਤ ਕੀਤੀ ਹੈ ਨਾ, ਜਿਹੜੇ ਗਾਣੇ ਤੋਂ ਚੱਲੇ ਆ ਉਹ ਤਾਂ ਵਧੀਆ ਲੱਗਦਾ, ਬਟ ਜਿਹੜਾ ਗਾਣਾ ਨਾ ਮਤਲਬ ਦੁਬਾਰਾ ਮੈਂ ਕਹਿੰਦਾ ਬਈ ਸਭ ਕੁਝ ਠੀਕ ਕਰਨ ਵਾਲਾ ਇੱਕ ਦਿਲਪ੍ਰੀਤ ਢਿੱਲੋਂ ਇਸ ਬੈਕ ਸੀ, ਇੱਕ ਜੱਟ ਤੇ ਜਵਾਨੀ ਸੀਗਾ ਬਈ ਜਿਹਨੇ, ਮਤਲਬ ਫਾਇਦਾ ਕੀ ਹੈ ਜੱਟ ਤੇ ਜਵਾਨੀ ਆਈਦਾ ਹੈ ਨਾ, ਹਾਂ, ਜਿਹਨੇ ਮਤਲਬ ਜ਼ਿੰਦਗੀ 'ਚ ਦੁਬਾਰਾ ਸਹੀ ਕੀਤੀ ਹੈ ਨਾ, ਜ਼ਿੰਦਗੀ 'ਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਰੇਕ ਬੰਦੇ ਦੇ ਆਉਂਦੇ ਆ, ਅਤੇ ਮੈਨੂੰ ਲੱਗਦਾ ਵੀ ਉਹ ਤੋਂ ਬਾਅਦ ਮੇਰੀ ਜ਼ਿੰਦਗੀ ਫਿਰ ਉਹ ਤੋਂ ਬਾਅਦ ਸਹੀ ਹੋਈ ਆ ਹੈ ਨਾ। ਪਰਮਾਤਮਾ ਕਰੇ ਜ਼ਿੰਦਗੀ ਹਮੇਸ਼ਾ ਸਹੀ ਰਹੇ ਭਰਾ। ਵਾਹਿਗੁਰੂ। ਸੁਣਾਓ ਫਿਰ। ਅੱਲੜਾਂ 'ਚ ਗੱਲ ਜੇ ਨਾ ਛਿੜੀ ਤੋਰਦੀ, ਬੇਇੱਜ਼ਤੀ ਆ ਚਾਦਰੇ ਤੇ ਪਏ ਮੋੜਦੀ, ਅੱਲੜਾਂ 'ਚ ਗੱਲ ਜੇ ਨਾ ਛਿੜੀ ਤੋਰਦੀ, ਬੇਇੱਜ਼ਤੀ ਆ ਚਾਦਰੇ ਤੇ ਪਏ ਮੋੜਦੀ, ਉਹ ਮਾਰ ਲਲਕਾਰਾ ਜੇ ਨਾ ਵੈਰੀ ਢਾਈ ਦਾ, ਆਇਆ ਨਾ ਉਣਾਂਬਾ ਘਰੇ ਜੇ ਲੜਾਈ ਦਾ, ਫਿਰ ਫਾਇਦਾ ਕੀ ਆ ਜੱਟ ਤੇ, ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ, ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ। ਬਹੁਤ ਵਧੀਆ, ਬਹੁਤ ਸੋਹਣਾ ਗਾਇਆ, ਚੰਗਾ ਗਾਇਆ ਗਾਣਾ, ਹਿੱਟ ਗਾਣਾ। ਵਾਹਿਗੁਰੂ। ਇੱਕ ਟਾਸਕ ਹੈ ਫਿਰ ਨਿੱਕਾ ਜਿਹਾ, ਹਾਂਜੀ, ਜੇ ਤੁਸੀਂ ਭਰਾ ਹੋ ਤਾਂ ਨਿਭਾਓਗੇ? ਭਰਾ ਤਾਂ ਹੈਗੇ ਆ, ਭਰਾ ਤਾਂ ਹੈਗੇ ਆ, ਟਾਸਕ ਟਾਸਕ ਦਾ ਟਾਸਕ ਵਾਲਾ ਕੰਮ ਹੋ ਗਿਆ ਜੇ ਇਹੀ ਵਾਲਾ ਗਾਣਾ, ਹਾਂਜੀ, ਛੋਟਾ ਜਿਹਾ ਟਾਸਕ ਹੈ। ਜੇ ਮੈਂ ਇਹਨੂੰ ਕਹਾਂ ਵੀ ਇਹੀ ਗਾਣਾ ਹਿੰਦੀ 'ਚ ਗਾ ਦਿਓ, ਨਾਲੇ ਹਿੰਦੀ ਪਤਾ ਲੱਗ ਜੂਗੀ, ਹਿੰਦੀ ਦਾ ਤੈਨੂੰ ਪਤਾ, ਮੈਂ ਕਿਹਾ ਬਾਕੀ ਨੂੰ ਵੀ ਪਤਾ ਲੱਗ ਜੇ, ਕੋਸ਼ਿਸ਼ ਕਰ ਲਓ, ਚਲੋ ਗਾਉਣਾ ਵੀ ਹੈ ਅਤੇ ਥੋੜ੍ਹੀ ਜਿਹੀ ਹਿੰਦੀ ਵੀ ਹੋ ਜਾਵੇ, ਐ ਵੀ ਹੁਣ ਨਾ ਦੇਖਣ ਵਾਲੇ ਖੁਸ਼ ਹੋ ਜਾਣਗੇ, ਫਿਰ ਵੀ ਹੁਣ ਦੇਖਦੇ। ਹੋ ਲੜਕੀਓ ਮੈਂ ਬਾਤ ਜੇ ਨਾ ਛਿੜੀ ਤੋਰ ਕੀ, ਆਹਾ, ਬੇਇੱਜ਼ਤੀ ਹੈ ਚਾਦਰੇ ਪੇ ਪਏ ਮੋਰ ਕੀ, ਆਹਾ, ਲੜਕੀ ਮੈਂ ਬਾਤ ਜੇ ਨਾ ਛਿੜੀ ਤੋਰ ਕੀ, ਬੇਇੱਜ਼ਤੀ ਹੈ ਚਾਦਰੇ ਪੇ ਪਏ ਮੋਰ ਕੀ, ਮਾਰ ਲਲਕਾਰਾ ਜੇ ਨਾ ਵੈਰੀ ਢਾਈ ਦਾ, ਢਾਈ ਦਾ, ਆਇਆ ਨਾ ਉਲਾਂਬਾ ਘਰ ਪੇ ਲੜਾਈ ਕਾ, ਫਿਰ ਫਾਇਦਾ ਕੀ ਹੈ ਜੱਟ ਪੇ, ਫਿਰ ਫਾਇਦਾ ਕਿਆ ਹੈ ਜੱਟ ਪੇ ਜਵਾਨੀ ਆਈ ਕਾ, ਫਾਇਦਾ ਕਿਆ ਹੈ ਜੱਟ ਕੇ ਜਵਾਨੀ ਆਈ। ਬਹੁਤ ਵਧੀਆ, ਬਹੁਤ ਵਧੀਆ ਨਿਭਾਇਆ, ਥੈਂਕ ਯੂ ਸੋ ਮਚ। ਨਹੀਂ ਨਹੀਂ, ਬਹੁਤ ਵਧੀਆ, ਇੱਕ ਛੋਟਾ ਜਿਹਾ ਪਿਆਰਾ ਟਾਸਕ ਸੀਗਾ, ਮੈਂ ਕਿਹਾ ਮੈਂ ਜ਼ਰੂਰ ਖੇਡਾਂ। ਨਹੀਂ, ਇਸ ਗੱਲ ਲਈ ਕੁਛ ਵੀ, ਮੈਂ ਤੈਨੂੰ ਪਤਾ ਹੀ ਆ ਭਰਾ, ਤੁਸੀਂ ਸੱਚੀ ਵੀਰੇ
ਬੜੇ ਲੰਬੇ ਸਮੇਂ ਤੋਂ ਅਸੀਂ ਜੁੜੇ ਹਾਂ, ਬਹੁਤ ਲੰਬੇ ਸਮੇਂ ਤੋਂ, ਅਤੇ ਜਿਹੜੀ ਤੂੰ ਅੱਜ ਗੱਲ ਕਹੀ ਸੀ ਪਹਿਲਾਂ ਕਹਿੰਦਾ ਸੀ ਬਈ ਇਕੱਠੇ ਹੀ ਹੋ, ਹਾਂ ਯਾਦ ਆ ਤੂੰ ਫੋਨ 'ਤੇ ਕਹੀ ਸੀ ਕੋਈ ਗੱਲ ਮੈਨੂੰ ਬਾਈ, ਮੈਨੂੰ ਕਹਿੰਦਾ ਵੀ ਹੁਣ ਆਪਾਂ ਮਿਲਦੇ ਨਹੀਂ, ਮੈਂ ਕਿਹਾ ਆਪਾਂ ਤਾਂ ਉਸ ਟਾਈਮ ਦੇ ਜਦੋਂ ਲੋਕ ਕਹਿੰਦੇ ਸੀ ਵੀ ਇਹ ਤਾਂ ਮਿਲੇ ਹੋਏ ਆ, ਮੈਂ ਕਿਹਾ ਆਪਾਂ ਤਾਂ ਮਿਲੇ ਹੋਏ ਹਾਂ, ਪੱਕੀ ਗੱਲ, ਚੰਗਾ ਲੱਗਦਾ। ਅੱਗੇ ਜਦੋਂ ਪਹਿਲਾਂ ਤਾਇਆ ਜੀ ਦਾ ਘਰ ਇੱਥੇ ਬਣਦਾ ਸੀ, ਹਾਂਜੀ, ਉਦੋਂ ਫਿਲਮ ਦਾ ਸ਼ੂਟ ਚੱਲਦਾ ਸੀ ਵਾਂਸ ਅਪੌਨ ਅ ਟਾਈਮ, ਅਤੇ ਉਹ ਜਦੋਂ ਮਤਲਬ ਆਪਾਂ ਥਾਰ 'ਤੇ ਜਾਣਾ ਉਦੋਂ ਮਤਲਬ ਇੱਧਰ ਇੰਨੀ ਡਿਵੈਲਪਮੈਂਟ ਨਹੀਂ, ਹੁਣ ਤਾਂ ਬਹੁਤ ਕੰਮ ਖਿੱਚਿਆ ਗਿਆ, ਉਹ ਬਿਲਕੁਲ ਹੁਣ ਤਾਂ ਐਂ ਨਹੀਂ ਪਤਾ ਲੱਗਦਾ ਕੀ ਕੀ ਬਣ ਗਿਆ। ਹਾਂ, ਉਦੋਂ ਜਦੋਂ ਘਰ ਬਣਦਾ ਸੀਗਾ ਉਦੋਂ ਰੋਡ ਐਂ, ਰੋਡ ਕੀ ਮੂਹਰੇ ਖੇਤ ਸੀਗੇ, ਹਾਂ ਉਹ 'ਚੋਂ ਥਾਰ ਸਾਡੀ ਥਾਰ ਹੀ ਜਾਂਦੀ ਸੀ, ਹੋਰ ਕੋਈ ਗੱਡੀ ਵੀ ਨਹੀਂ ਜਾਂਦੀ, ਮੈਂ ਤੁਹਾਨੂੰ ਇਹ ਵੀ ਦੱਸਾਂ, ਉਹ 'ਚੋਂ ਸਾਡੀ ਥਾਰ ਹੀ ਸੀ, ਉਹਦੇ ਚੱਕੇ ਵੱਡੇ ਸੀ, ਉਹ ਐਂ ਕਰਕੇ ਲੰਘ ਜਾਂਦਾ ਸੀ, ਅਤੇ ਮੈਂ ਸੋਚਦਾ ਸੀ ਵੀ ਯਾਰ ਤਾਇਆ ਜੀ ਨੇ ਕਿੱਥੇ ਕੋਠੀ ਪਾਲੀ, ਅਤੇ ਅੱਜ ਲੋਕ ਕਹਿੰਦੇ ਭਰਾਵਾ ਤਾਇਆ ਜੀ ਨੇ ਤਾਂ ਇੱਥੇ ਕੋਠੀ ਪਾਈ, ਹੈ ਡਿਵੈਲਪਮੈਂਟ ਹੈ, ਉਦੋਂ ਦੇ ਜੁੜੇ ਸੌਣ ਲੱਗੇ ਉਦੋਂ ਦੇ ਜੁੜੇ, ਦੇਖੋ ਵਧੀਆ ਵਧੀਆ ਸਮਾਂ ਚੱਲ ਰਿਹਾ।